हां जी ਤੇ ਵੈਲਕਮ ਬੈਕ ਇੱਕ ਵਾਰੀ ਫੇਰ ਟੀਚ ਵੀਜ਼ਾ ਪੰਜਾਬੀ ਦੇ ਉੱਤੇ ਉਮੀਦ ਕਰਦਾ ਕਿ ਤੁਸੀਂ ਠੀਕ ਹੋਵੋਗੇ ਯਾਰਾ ਬਹੁਤ سارے ਲੋਕ ਸਵਾਲ ਪੁੱਛਣ ਦੇ ਸਨ ਈਰਾਨ ਦੀ ਐਮਬੈਸੀ ਦੇ ਬਾਰੇ ਚ ਪਾਕਿਸਤਾਨ ਤੋਂ ਵੀ ਤੇ ਇੰਡੀਆ ਤੋਂ ਵੀ ਫਿਲਹਾਲ ਈਰਾਨ ਦੀ ਐਮਬੈਸੀ ਜਿਹੜੀ ਉਹ ਬੰਦੇ ਕਿਸੇ ਵੀ ਕਿਸਮ ਦਾ ਤੁਸੀਂ ਵੀਜ਼ਾ ਅਪਲਾਈ ਨਹੀਂ ਕਰ ਸਕਦੇ ਅੱਜ ਤੋਂ 15 20 ਦਿਨ ਪਹਿਲਾਂ ਦੀ ਗੱਲ ਕਰੀਏ ਤੇ ਤੁਸੀਂ ਜ਼ਿਆਰਤੀ ਵੀਜ਼ਾ ਜਿਹੜਾ ਉਹ ਅਪਲਾਈ ਕਰ ਸਕਦੇ ਹੋ ਜਿਹੜਾ ਜ਼ਿਆਰਤਾਂ ਵਾਸਤੇ ਹੁੰਦਾ 15 ਤੋਂ 30 ਦਿਨਾਂ ਵਾਸਤੇ ਹੁੰਦਾ 8 ਦਿਨਾਂ ਵਾਸਤੇ ਵੀ ਹੁੰਦਾ ਉਹ ਤੁਸੀਂ ਅਪਲਾਈ ਕਰ ਸਕਦੇ ਹੋ ਇਸ ਟਾਈਮ ਤੁਸੀਂ ਕਿਸੇ ਕਿਸਮ ਦਾ ਕੋਈ ਵੀ ਕੈਟਾਗਰੀ ਦਾ ਵੀਜ਼ਾ ਜਿਹੜਾ ਈਰਾਨ ਦਾ ਈਰਾਨ ਦੀ ਐਮਬੈਸੀ ਦੇ ਜ਼ਰੀਏ ਤੁਸੀਂ ਨਹੀਂ ਅਪਲਾਈ ਕਰ ਸਕਦੇ ਜੇ ਤੁਹਾਡੇ ਕੋਲ ਪਹਿਲਾਂ ਦਾ ਈਰਾਨ ਦਾ ਵੀਜ਼ਾ ਮੌਜੂਦ ਹੈ ਤੇ ਉਹਦੇ ਤੋਂ ਤੁਸੀਂ ਈਰਾਨ ਜਾ ਸਕਦੇ ਹੋ ਪਾਕਿਸਤਾਨ ਤੋਂ ਬਾਇਰ ਰੋਡ ਵੀ ਜਾ ਸਕਦੇ ਹੋ ਤੇ ਬਾਇਰ ਈਅਰ ਵੀ ਜਾ ਸਕਦੇ ਹੋ ਇੰਡੀਆ ਤੋਂ ਵੀ ਪਾਕਿਸਤਾਨ ਤੋਂ ਵੀ ਬੰਗਲਾਦੇਸ਼ ਤੋਂ ਵੀ ਕਿਸੇ ਵੀ ਕੰਟਰੀ ਤੋਂ ਤੁਸੀਂ ਜਾ ਸਕਦੇ ਹੋ ਜੇ ਤੁਹਾਡੇ ਪਾਸਪੋਰਟ ਦੇ ਉੱਤੇ ਈਰਾਨ ਦਾ ਈ ਵੀਜ਼ਾ ਹੈ ਜਾਂ ਵੀਜ਼ਾ ਫ੍ਰੀ ਹੈ ਤੇ ਉਹ ਵੀ ਕੀ ਜਿਹੜਾ ਨਾ ਉਹ ਜਾ ਸਕਦੇ ਹੋ ਵਿਦਾਊਟ ਵੀਜ਼ਾ ਜਾਂ ਈ ਵੀਜ਼ਾ ਲੈ ਕੇ ਅੰਬੈਸੀ ਫਿਲਹਾਲ ਬੰਦ ਏ ਕਿਦੋਂ ਓਪਨ ਹੋਏਗੀ ਇਹਦੀ ਕੋਈ ਵੀ ਅਪਡੇਟ ਨਹੀਂ ਹੈ ਜਿੱਦੋਂ ਵੀ ਈਰਾਨ ਦੀ ਅੰਬੈਸੀ ਐਲ ਨੂੰ ਕੋਈ ਵੀ ਅਪਡੇਟ ਆਉਂਦੀ ਐ ਐਮਬੈਸੀ ਦੇ ਹਵਾਲੇ ਨਾਲ ਕਿ ਐਮਬੈਸੀ ਕਿਦੋਂ ਓਪਨ ਹੋਏਗੀ ਤੇ ਅਸੀਂ ਉਹ ਤੇ ਵੀਡੀਓ ਬਣਾ ਕੇ ਇਸ ਚੈਨਲ ਟੀਚ ਵੀਜ਼ਾ ਪੰਜਾਬੀ ਦੇ ਉੱਤੇ ਅਪਲੋਡ ਕਰ ਦਿਆਂਗੇ ਤੁਹਾਡੇ ਅਗੇ ਰਿਕੁਐਸਟ ਈ ਕਿ ਜੇ ਤੁਹਾਨੂੰ ਵੀਡੀਓ ਪਸੰਦ ਲੱਗਦੀ ਏ ਇਸ ਤਰ੍ਹਾਂ ਦੀਆਂ ਵੀਡੀਓ ਚਾਹਦੇ ਹੋ ਤੇ ਚੈਨਲ ਟੀਚ ਵੀਜ਼ਾ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਲਾਲ ਕਲਰ ਦਾ ਬਟਨ ਹੈ ਉਹਨੂੰ ਦਬਾ ਕੇ ਨਾਲ ਹੀ ਬੈਲ ਦਾ ਆਈਕਨ ਉਹਨਾਂ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਮੈਂ ਵੀਡੀਓ ਅਪਲੋਡ ਕਰਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ ਵੀਡੀਓ ਨੂੰ ਅੱਗੇ ਆਪਣੇ ਦੋਸਤਾਂ ਤੁਹਾਨੂੰ ਵੀ ਸ਼ੇਅਰ ਜ਼ਰੂਰ ਕਰੋ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਤੇ ਉਦੋਂ ਤੱਕ ਰੱਬ ਰਾਖਾ